रेडी है जो मैरीलैंड जान ली पापा ने जो सारे ना सारे सुने मेरे तो ना ना पापा ने सारे पता पेंसिल्वेनिया ब्रुकलिन पेंसिल्वेनिया तो खा लिया पापा ने उधर इंज मैरीलैंड खा के लिया अज आ सैकेंड अटैम्प्ट मे बी ओनी ओथेंटिक अज वीडियो ना बने क्योंकि पापा ऑलरेडी ट्रक के दो गेड़े लाए होंगे अज तीजा वा तो वह पहला मैं पोस्ट पा के दसा ही भी जेडे फुटेज सी है ना अद्धी कुछ फोन चीगी अद्धी अपनी गोप्रो चीगी फोन वाली तो हैगी सी पर गोप्रो वाली सी वह सारी गोप्रो एक्चुअली मेरा यार्ड च ही रह गया तो वो उत्ते गए ट्रक चढ़ाता वो हो गया चकना चूर तो नाल ही मैमरी कार्ड भी चकना चूर हो गया जो मैमरी कार्ड ही बच जाता तो घट्टो घट चलो वीडियो बच जाने ही बट एनीवेज आप अच पापा के अच तीजी बारी चले हाँ ट्रक से अच फिर करते हैं कोशिश फिलहाल पापा को आप जिम्मेवारी कर भी देती है ड्राइविंग की तो ये कई लोगों के दिमाग च आ सकता भी अंकल जी खरे बगैर लाइसेंस तो ही गड्डी चलाई जाते हैं दरअसल इंडिया वाले लाइसेंस से एक साल गड्डी चला सकते हैं एज लोंग एज पापा का इंडिया का लाइसेंस एक साल वास्ते वैलिड है कदों का 78 अच्छा 1978 जब पापा कहते मैं लाइसेंस बनाया है तो एक भी नहीं टिकट है इधर अच्छा इतों लैफ्ट हो जाओ इतों ना ले लो टिकट बाहर खलोती होंगी ना आ जो हिस्पैनिक लोग है उन्होंने बड़ी फेवरेट कार है ते एक बार कम कुम कर आए होने उत्थे किते प्लम्बिंग प्लुम्बिंग का वह मैनू आके पुछ के क्या कहता गड्डी ते नहीं बेचनी मैं नहीं ਦਿੱਲੀ ਉਹਨਾਂ ਨਾਲ ਹੀ ਆਏ ਪਹਿਲਾਂ ਤੁਸੀਂ ਕਿ ਪਹਿਲਾਂ ਵੀ ਆਏ ਪਹਿਲਾਂ ਤਾਂ ਉਹਨਾਂ ਨਾਲ ਹੀ
ਉਹ ਕਿੱਧਰ ਨੂੰ ਚੱਲਦੇ ਹੁੰਦੇ? ਉਹਦੇ ਸ੍ਰੀਨਗਰ ਪਠਾਨਕੋਟ ਦਿੱਲੀ ਬਸ ਲੋਕਲ ਹੀ ਪਹਿਲੋਂ ਉਦੋਂ ਲੋਕਲ ਹੀ ਨਾ ਜਦੋਂ ਮੈਂ ਲਾਇਸੈਂਸ ਬਣਾਇਆ ਬਾਅਦ 'ਚ ਮੁੜ ਕੇ ਬਦਲਾਵਟ ਚੱਲਣ ਲੱਗ ਪਿਆ ਪੰਜਾਬ ਤੋਂ ਪੰਜਾਬ ਤੁਸੀਂ ਬੰਗਲੌਰ ਵਾਲੀ ਲੇਨ ਫਿਰ ਛੱਡੀ ਨਹੀਂ ਸਾਰੀ ਉਮਰ ਇੱਥੇ ਵੀ ਇੱਦਾਂ ਹੀ ਹੁੰਦਾ ਜਿਹੜਾ ਇੱਕ ਬੰਦਾ ਲੇਨ ਫੜ ਲਏ ਨਾ ਫਿਰ ਦੂਜੀ ਦੂਜੇ ਪਾਸੇ ਜਾਣ ਨੂੰ ਨਹੀਂ ਜੀ ਕਰਦਾ ਉੱਧਰ ਬੰਦੇ ਨੂੰ ਫੈਮਿਲੀਅਰ ਹੋ ਜਾਂਦਾ ਰੁਕਣ ਦੇ ਟਿਕਾਣੇ ਪਤਾ ਲੱਗ ਜਾਂਦੇ ਹੈ ਨਾ ਰਾਜ ਢਾਬੇ ਤੋਂ ਪਤਾ ਲੱਗ ਜਾਂਦਾ ਪਛਾਣ ਹੋ ਜਾਂਦੇ ਸਾਰੇ ਹਾਂ ਉੱਧਰ ਨਹੀਂ ਗਏ ਤੀ ਘਵਾਟੀ ਘੁੱਟੀ ਵਾਲੇ ਪਾਸੇ ਇੱਕ ਅੱਧੀ ਵਾਰੀ ਬਸ ਇੱਧਰ ਚੱਲਦੇ ਨੇ ਕਲਕੱਤੇ ਕਲੁੱਤੇ ਹਜ਼ਾਰੀ ਬਾਗ ਪੁੱਜੋ ਝਰੀਆ ਉੱਥੇ ਵੀ ਜਾਂਦੇ ਤੁਸੀਂ ਆਂਧਰਾ ਵੀ ਬੜਾ ਗਏ ਮੈਨੂੰ ਆਂਧਰਾ 'ਚ ਬੜਾ ਗਿਆ ਤੇ ਉੱਧਰ ਤਮਿਲਨਾਡੂ ਉੱਧਰ ਕੇਰਲਾ ਦੇ ਤਮਿਲਨਾਡੂ ਦੇ ਬਹੁਤ ਗਏ ਕੇਰਲਾ ਕਹਿੰਦੇ ਬਹੁਤ ਹੁਣ ਤੁਸੀਂ ਤਾਂ ਹੁਣ ਪੁਰਾਣੇ ਗਏ ਜੇ ਪਰ ਹੁਣ ਵੀ ਮੈਂ ਵੀਡੀਓ ਵੇਖਣਾ ਇੱਕ ਦਿਨ ਉੱਧਰ ਹਰਿਆਵਲ ਬਹੁਤ ਸੜਕਾਂ ਇੱਦਾਂ ਹੀ ਆ ਉੱਧਰ ਜਿੱਦਾਂ ਆਹ ਕੰਮ ਹੈ ਇੱਦਾਂ ਹੀ ਹੈ ਹਰਿਆਵਲ ਲੋਕੀ ਕਿੱਦਾਂ ਦੇ ਉੱਧਰ ਅਸਰਾਏ ਚੜ੍ਹਾਏ ਵੀ ਇੱਦਾਂ ਲੋਕੀ ਉਹ ਜੇ ਇੰਗਲਿਸ਼ ਆਉਂਦੀ ਆ ਤਾਂ ਠੀਕ ਹੈ ਨਹੀਂ ਤਾਂ ਮਲਿਆਲਮ ਵੀ ਬੋਲਦੇ ਆਪਣੀ ਉਹ ਤੁਸੀਂ ਕੁਝ ਕੀਤੇ ਹੀ ਵਰਡ ਫਿਰ ਇੰਗਲਿਸ਼ ਨਾਲ ਕਰ ਲੈਂਦੇ ਆਪਣਾ ਆਪਣਾ ਕੰਮ ਨਹੀਂ ਤਾਂ ਤੁਸੀਂ ਤੁਹਾਨੂੰ ਬੜੀ ਵੱਡੀ ਮੈਂ ਸਿੱਖੀ ਮਲਿਆਲਮ ਨਹੀਂ ਤਾਂ ਮਲਿਆਲਮ ਦੀ ਮੈਂ ਸਿੱਖੀ ਤਾਮਿਲ ਅਤੇ ਕਨਾੜੀ ਤੋਂ ਵੀ ਬੜੀ ਵੱਡੀ ਬੋਲ ਲਈ ਜੀ ਮਰਾਠੀ ਇੱਕ ਵਾਰੀ ਮੈਨੂੰ ਚੇਤਾ ਵਾ ਮੈਨੂੰ ਹੁਣ ਸੰਨ ਨਹੀਂ ਪੱਕਾ ਯਾਦ ਆਈ ਥਿੰਕ 2001 ਜਾਂ 2 ਹੀ ਹੋਣਾ ਮੈਂ ਉਦੋਂ ਹਾਕੀ ਖੇਡਦੀ 3 ਘਾਉਣਾ ਮੇਰੇ ਕੋਲ 2003 ਉਦੋਂ ਮੈਂ ਹਾਕੀ ਖੇਡਦਾ ਤਾਂ ਮੈਂ ਸਟੇਟ ਵੱਲੋਂ ਖੇਡਣ ਦਿੱਲੀ ਦੀ ਟੀਮ ਗਈ ਸੀ ਬੰਗਲੌਰ ਅਤੇ ਉੱਥੇ ਬਾਬਾ ਟਰੱਕ 'ਤੇ ਗਏ ਗੇੜਾ ਲੈ ਕੇ ਗਏ ਸੀ ਬੰਗਲੌਰ ਟਰੱਕ 'ਤੇ ਅਤੇ ਫਿਰ ਜਿੱਦਾਂ ਸਾਡਾ ਸੈਮੀਫਾਈਨਲ 'ਚ ਆਪਾਂ ਹਾਰ ਗਏ ਹਾਂ ਅਤੇ ਪਰ ਬਾਬਾ ਉਹ ਮੈਚ ਵੇਖਣ ਸਾਡਾ ਆਏ ਸੀ ਪਤਾ ਨਹੀਂ ਕਿਤੇ ਘੁਆ ਰਹੇ ਹਾਂ ਚਿੰਤਾ ਨਹੀਂ ਕੋਈ ਸਾਊਥ ਦੀ ਟੀਮ ਹੈਦਰਾਬਾਦ ਦੀ ਟੀਮ ਘੁਆ ਰਹੇ ਹਾਕੀ ਮਾਰੀ ਉਹਨੇ ਇੱਥੇ ਉਂਗਲ ਦਾ ਮੇਰੇ ਤੋਂ ਉਂਗਲ ਦੇ ਹਾਕੀ ਵੱਜੀ ਉਦੋਂ ਬਈ ਜਿੱਦਾਂ ਆਹ ਹਾਕੀ ਆ ਉਂਗਲ ਆ ਇੱਥੇ ਵੱਜੀ ਬੜੀ ਹੱਥ ਲੱਗੀ ਪਰ ਬਾਬਾ ਨੇ ਸਾਡੀ ਸਾਰੀ ਟੀਮ ਨੂੰ ਬਾਅਦ 'ਚ ਲੰਚ ਕਰਾਇਆ ਪਾੜੀ ਗਈ ਉੱਥੇ ਬਾਅਦ ਬਾਬਾ ਨੇ ਸਾਰਿਆਂ ਨੂੰ ਲੰਚ ਦੀ ਸਾਡੇ ਜਿਹੜੇ 16-17 ਜਣੇ ਆ ਸਾਨੂੰ ਸਾਹਮਣੇ ਰੈਸਟੋਰੈਂਟ ਜਿਹਾ ਸੀ ਉੱਥੇ ਫਿਰ ਡੋਸੇ ਡੁਸੇ ਜੇ ਖਵਾਏ ਹੈ ਉਹ ਉਹ ਬੰਗਲੌਰ ਦੀ ਇੱਕ ਗੱਲ ਮੈਨੂੰ ਹਜੇ ਵੀ ਯਾਦ ਆ ਉੱਥੇ ਜਦੋਂ ਉਹ ਚਾਹ ਦਿੰਦੇ ਆ ਨਾ ਉਹ ਛੋਟੇ ਛੋਟੇ ਸਟੀਲ ਦੇ ਕੱਪ ਜਾਂਦੇ ਭਾਵੇਂ ਤੁਸੀਂ 5 ਸਟਾਰ ਪਤਾ ਨਹੀਂ ਸ਼ਾਇਦ 5 ਸਟਾਰ ਤੇ ਆਪਾਂ ਨਹੀਂ ਗਏ ਪਰ ਆਪਾਂ ਜਿੰਨੇ ਵੀ ਉੱਥੇ ਹੋਟਲਾਂ 'ਚ ਗਏ ਹਾਂ ਨਿੱਕੇ ਗਲਾਸੀ ਉਹ ਨਿੱਕੇ ਨਿੱਕੇ ਸਟੀਲ ਦੇ ਕੱਪ ਹੁੰਦੇ ਉਹਦੇ ਉੱਤੇ ਤਾਂ ਉਹ ਮੁੱਦਾ ਮਾਰ ਕੇ ਆਪਣਾ ਛੋਟੀ ਜਿਹੀ ਪਲੇਟ ਤੇ ਉਹ ਇਹਨੂੰ ਇੱਦਾਂ ਪੁੱਟੀ ਕਰ ਦਿੰਦੇ ਆ ਉਹ ਚਾਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਵੈਕਿਊਮ ਜਿਹਾ ਬਣ ਜਾਂਦਾ ਅੰਦਰੋਂ ਬਾਹਰ ਨਹੀਂ ਗਿਰਦੀ ਹੈ ਜਿੱਦਾਂ ਹੁਣ ਟਮਾਟਰ ਜਲ ਕੇ ਫੁੱਲ ਕੇ ਟਮਾਟਰ ਉਧਰੋਂ ਰੇਟ ਵੱਧ ਗਿਆ ਤੇ ਇਧਰੋਂ ਘਟਾ ਦੇਣਾ ਦਿੱਲੀ ਇੱਥੇ ਇੱਥੇ ਵੀ ਇੱਦਾਂ ਹੀ ਆ ਨਾ ਜਿੱਦਾਂ ਹੁਣ ਕੈਲੀਫੋਰਨੀਆ ਜਾਣਾ ਵਾ ਇਧਰੋਂ ਜੇ ਜਾਣਾ ਜੇ ਤਾਂ ਡੀਜ਼ਲ ਦਾ ਤੇ ਡਰਾਈਵਰ ਦੀ ਤਨਖਾਹ ਹੀ ਨਿਕਲ ਆਏ ਤਾਂ ਬੜੀ ਵੱਡੀ ਗੱਲ ਆ ਉੱਧਰੋਂ ਜਿਹੜੇ ਤੁਸੀਂ ਲੈ ਕੇ ਆਉਣਾ ਉਹਦੇ 4 ਪੈਸੇ ਤੁਹਾਨੂੰ ਬਚ ਜਾਣਗੇ ਨਾ ਅੱਜ ਕੱਲ੍ਹ ਤੇ ਚਲੋ ਰੇਟ ਬਹੁਤ ਘਟੇ ਆ ਇੱਥੇ ਅੱਜ ਕੱਲ੍ਹ ਤੇ ਉੱਧਰੋਂ ਵੀ ਬਚ ਜਾਂਦੇ ਬੜੀ ਵੱਡੀ ਗੱਲ ਹੈ ਹੁਣ ਜੈਵਰੀ ਆ ਤਾਂ ਜੈਵਰੀ ਹੁਣ ਇੱਥੋਂ ਦਸ ਕੁ ਪਿਆਜ ਪਿਊਜ ਜੇ ਮਤਲਬ ਲੈ ਕੇ ਜਾਂਦੇ ਰਹੇ ਇੱਧਰੋਂ ਜਿਹੜਾ 50-60 ਹਜ਼ਾਰ ਜਾਂਦੇ ਉਹਨੂੰ ਬਚ ਗਿਆ ਬਚ ਗਿਆ ਆਉਂਦਿਆਂ ਦਾ ਖਰਚਾ ਪੂਰਾ ਹੁੰਦਾ ਬਸ ਨਾਸਕ ਤਾਂ ਪਰ ਨਾਸਕ ਤੋਂ ਸੰਤਰੇ ਸੁੰਤਰੇ ਨਹੀਂ ਫਿਰ ਆਉਂਦੇ ਹੁੰਦੇ ਸੰਤਰਾ ਨਾਗਪੁਰੋਂ ਆਉਂਦਾ ਕੁਛ ਉਹਦਾ ਰੇਟ ਵਧੀਆ ਹੁੰਦਾ ਸਰ ਨਾਗਪੁਰ ਨਾਸਕ ਤੋਂ ਉਹਦੇ ਪਿਆਜ ਟਮਾਟਰ ਗੋਭੀ ਗਾਭੀ ਜੇ ਹੋਰ ਸਬਜ਼ੀਆਂ ਸੁਬਜ਼ੀਆਂ ਦਾ ਕੰਮ ਚੱਲਦਾ ਉੱਥੇ ਹੁਣ ਜਿੱਦਾਂ ਇੱਥੇ ਫਰਿੱਜ ਵਾਲੇ ਜਿੱਦਾਂ ਇੱਥੇ ਤਾਂ ਸਬਜ਼ੀਆਂ ਸੁਬਜ਼ੀਆਂ ਜਿਹੜੀਆਂ ਇਹ ਫਰਿੱਜ ਵਾਲੇ ਟ੍ਰੇਲਰਾਂ 'ਚ ਜਾਂਦੀਆਂ ਅਤੇ ਉੱਥੇ ਤਾਂ ਖੁੱਲ੍ਹਾ ਹੀ ਟਾਈਮ ਉਹ ਛੋਟੀਆਂ ਗੱਡੀਆਂ ਜਿਹੜੇ ਇੱਥੇ ਤਾਂ ਲੰਬਾ ਸਫ਼ਰ ਹੈ ਉਹਨਾਂ ਨੂੰ ਕੈਲੀਫੋਰਨੀਆ ਕਿੰਨੇ ਕਿੰਨੇ ਮੀਲ ਆ ਬਾਬਾ ਇੱਥੇ ਸਫ਼ਰ ਬੜਾ ਕੱਢਦੇ ਨਾ ਇੱਥੇ ਔਨ ਐਵਰੇਜ ਹੁਣ ਆ ਜਿੱਦਾਂ ਤੁਰੇ ਭਾਰੀ ਹੋਣੀ ਯਾਰ ਚੌਂਟ ਜਿਹੜੇ ਮਿਲੇ ਸੀ ਅਤੇ ਉਹ ਲੂਜ਼ੀਆਂ ਦਾ ਇੱਥੇ ਹੈਗਾ 1400 ਮੀਲ ਇਹਨਾਂ ਨੇ ਕੱਲ੍ਹ ਇਹੋ ਵਾਲੇ ਲੋਡ ਲਾ ਦੇਣਾ ਉੱਥੇ ਕਿਹਦੀ ਗੱਲ ਹੈ ਚੱਲ ਪਰਸੋਂ ਕਰੀਏ ਬੋਲਦਾ ਤਾਂ ਠੀਕ ਹੈ ਇੱਧਰ ਵੀ ਡਰਾਈਵਰ ਹੀ ਹੈ ਕੋਈ ਇੱਧਰ ਵੀ ਮਹਿਕਮਾ ਡਰਾਈਵਰਾਂ ਵਾਲਾ ਹੀ ਆ ਬਾਬਾ ਆਪਣੇ ਡਰਾਈਵਰ ਨੂੰ ਲਗਾਉਣ ਡੇ ਇੱਧਰ ਵੀ ਡਰਾਈਵਰ ਸੀਟ ਤੇ ਬੈਠਣਾ ਪਾਊ ਰਾਸ਼ੇ ਪੂਰਾ ਰੋਡ ਕੇ ਉੱਪਰ ਨੀਚੇ
ਪਾਪਾ ਦੀ ਹਿੰਦੀ ਬੜੀ ਬਣੀ ਉਲਟਾ ਨਾ ਉਧਰ ਸ਼ੇਰ ਕਿਲੋਮੀਟਰ ਆ ਗਿਆ ਦੇਖ ਲੈ ਆਪਣੇ ਤਾਂ ਪਤਾ ਲੱਗ ਜਾਂਦਾ ਹੁਣ ਪੀਬੀ 06 ਇੱਥੋਂ ਦਾ 10 ਇੱਥੋਂ ਦਾ 12 ਇੱਥੋਂ ਦਾ 15 ਇੱਥੋਂ ਦਾ ਅੱਛਾ ਅੱਛਾ ਮੇ ਬੀ ਹੋਏ ਇੱਥੇ ਪਤਾ ਕਿਹੜੇ ਡਿਸਟ੍ਰਿਕਟ ਦਾ ਇੱਥੇ ਤੇ ਤੁਸੀਂ ਆਪਣੀ ਮਰਜ਼ੀ ਦੀ ਵੀ ਲੈ ਸਕਦੇ ਹੋ ਪਲੇਟ ਨੂੰ ਜਿਹੜੀ $35 ਲੱਗਦੇ ਆ ਅਨਲੈਸ ਉਹ ਕਿਸੇ ਨੇ ਲਈ ਨਾ ਹੋਏ ਪਹਿਲਾਂ ਬਰੂਰੀ ਕਹਿੰਦੇ ਜਿੱਥੇ ਬੀਅਰ ਬਣਦੀ ਆ ਆਹੋ ਜਿੱਥੇ ਆ ਸਿਲੰਡਰ ਚ ਲੱਗੇ ਆ ਲੱਗਦਾ ਨੀ ਆਪਾਂ ਹੀ ਆ ਪਹਿਲਾਂ ਇੱਥੇ ਰੋਡ ਤੋਂ ਹੀ ਬੈਗ ਲਾਉਣਾ ਪੈਂਦਾ ਉਹ ਇਹਨਾਂ ਦਾ ਆਪਣਾ ਹੀ ਫਿੱਲੀ ਜਿਹੜਾ ਆਪਣਾ ਜਿਹੜਾ ਫਿਲਾਡੈਲਫੀਆ ਵਾ ਨਾ ਉਹਦਾ ਨਿਕਨੇਮ ਫਿੱਲੀ ਆ ਫਿੱਲੀ ਇੱਥੇ ਸੜਕ ਤੋਂ ਹੀ ਬੈਗ ਲੱਗਣਾ ਜੀ ਕੰਪਨੀ ਫਿਲਾਡੈਲਫੀਆ ਦੀ ਕੋਈ ਬਰੂਰੀ ਆ ਇੱਥੋਂ ਮੈਂ ਪਹਿਲਾਂ ਵੀ ਲੋਡ ਚੁੱਕਿਆ ਇੱਕ ਵਾਰੀ ਯੂਜਲੀ ਤਾਂ ਬੜੇ ਕੁਇਕ ਹੁੰਦੇ ਆ ਅਤੇ ਇੱਥੇ ਕਰਾਉਂਦੇ ਹਾਂ ਆਪਾਂ ਚੈੱਕ ਇਨ 6 ਨੰਬਰ 'ਤੇ ਲਾਉਣਾ ਜੀ ਬੈਗ ਆਪਾਂ ਲੱਗ ਜੂ ਬੈਗ ਮੇਰੇ ਕੋਲ ਇਹ ਉਹ ਸ਼ਹਿਰ ਹੈ ਜਿੱਥੇ ਜ਼ਿਆਦਾਤਰ ਟਰੱਕ ਡਰਾਈਵਰ ਉਹਨਾਂ ਤੋਂ ਘਬਰਾਉਂਦੇ ਆ ਇੱਥੇ ਇੱਦਾਂ ਨਾ ਜ਼ਿਆਦਾਤਰ ਬੈਗ ਇੱਦਾਂ ਗਲੀਆਂ ਗੁਲੀਆਂ ਜਿਹੀ ਲੱਗਦੀ ਆ ਇੱਥੇ ਰਾਹ ਤਾਂ ਖੁੱਲ੍ਹਾ ਹੀ ਉੱਥੇ ਕਾਰਾਂ ਜੀਆਂ ਦਾ ਧਿਆਨ ਰੱਖਣਾ ਪੈਣਾ ਆਵੇ ਆਵੇ ਦਿਮਾਗੀ ਬੰਦਾ ਹੈਗੇ ਮਾੜੇ ਮੋਟੇ ਕੋਲ ਡਰਾਈਵਰੀ ਵਾਲੇ ਕਿ ਨਹੀਂ ਜਿੰਨਾ ਚਿਰ ਹੁਣ ਲੋਡ ਕਰਦੇ ਉਨਾ ਚਿਰ ਆਪਾਂ ਇੱਥੇ ਲੱਗੇ ਆ ਟਾਰਗੇਟ ਦਾ ਸਟੋਰ ਆ ਇੱਥੇ ਵਾਸ਼ਰੂਮ ਯੂਜ਼ ਕਰ ਰਹੇ ਕਿੱਦਾਂ ਆਪਾਂ ਫਿਰ ਵਧੀਆ ਕੀ ਫਰਕ ਹੈ ਤੁਸੀਂ ਤਾਂ ਅੱਜ ਪਹਿਲਾਂ ਨਹੀਂ ਉਹ ਪਹਿਲੀ ਵੀਡੀਓ ਬੜੀ ਬਣੀ ਕਿਉਂਕਿ ਵਧੀਆ ਬਣੀ ਕਿਉਂਕਿ ਉਹ ਪਹਿਲਾ ਰਿਐਕਸ਼ਨ ਹੀ ਨਾ ਹੁਣ ਤਾਂ 2-3 ਵਾਰੀ ਬਣੇ 2-3 ਮਤਲਬ ਕਿ ਤੀਜੀ ਵਾਰੀ ਆ ਹੁਣ ਚਲੋ ਫਿਰ ਕਰੀਏ ਟਾਰਗੇਟ ਦਾ ਵਾਸ਼ਰੂਮ ਯੂਜ਼ ਜਿੱਦਾਂ ਉਹ ਬਣੀ ਉੱਤੇ ਖਲੋਤਾ ਵਾ ਇਹ ਇਹਨਾਂ ਦਾ ਸਿਟੀ ਹਾਲ ਆ ਇਹਨਾਂ ਸਿਟੀ ਹਾਲ ਲੈਂਦੇ ਮੇਨ ਪੁਰਾਣੇ ਅਤੇ ਇਹ ਜਿੱਦਾਂ ਪਹਿਲੀ ਰਾਜਧਾਨੀ ਇਹੀ ਹੁੰਦੀ ਸੀ ਅਮਰੀਕਾ ਦੀ ਪਹਿਲੀ ਨਹੀਂ ਐਕਚੁਲੀ ਦੂਜੀ ਪਹਿਲੀ ਨਿਊਯਾਰਕ ਹੁੰਦੀ ਸੀ ਫਿਰ ਇਹ ਬਣਾ ਤੀ ਸੀ ਇਹਦੇ ਬਾਅਦ ਫਿਰ ਇਹਨਾਂ ਨੇ ਨਵਾਂ ਸ਼ਹਿਰ ਬਣਾਇਆ ਵਾਸ਼ਿੰਗਟਨ DC ਫਿਰ ਉੱਥੇ ਸ਼ਿਫਟ ਕਰਤੀ ਸੀ ਪਰ ਇਹ ਹਿਸਟੋਰੀਕਲੀ ਬਹੁਤ ਇੰਪੋਰਟੈਂਟ ਸ਼ਹਿਰ ਆ ਬਾਬਾ ਕਹਿੰਦੇ ਨਹੀਂ ਕੱਢਣੀ ਆ
ਦੂਜਾ ਦਵਾ ਨਹੀਂ ਤੇ ਕੱਢਤਾ ਜੀ ਇਹ ਬੜੇ ਕੱਢਦੇ ਹੁੰਦੇ ਮੈਂ ਜੈਫਰੀ ਨਾਲ ਜਦੋਂ ਪਿੰਡ ਜਾਂਦੇ ਹੁੰਦੇ ਹਾਂ ਢਾਬੇ ਢੁੱਬੇ ਤੇ ਰੁਕਣਾ ਉਹਨੇ ਗਿਟਕੀਆਂ ਨਹੀਂ ਆਉਣੀਆਂ ਕੱਢਦੇ ਹੁੰਦੇ ਸੀ ਨਾ ਕੀ ਕਹਿੰਦੇ ਬੱਜਰੀ ਬੱਜਰੀ ਦੀ ਅੜ ਜਾਂਦੀ ਟਾਇਰਾਂ ਦੇ ਵਿੱਚ ਅਗਲੇ ਟਾਇਰ ਆ ਸਟੀਅਰਿੰਗ ਵਾਲੇ ਟਾਇਰ ਇਦਾਂ ਦੀ ਹੁੰਦੀ ਗੁੱਡੀ ਉਹਨਾਂ ਦੀ ਵੱਖਰੀ ਹੁੰਦੀ ਜਿੱਦਾਂ ਮਤਲਬ ਕਿ ਇੱਥੇ ਤਾਂ ਸਟੇਅਰਿੰਗ ਟਰੇਲੇ ਦੇ ਵੀ ਇੱਦਾਂ ਦੇ ਹੁੰਦੇ ਮੋਰ ਔਰ ਲੈਸ ਪਰ ਇਹ ਮਹਿੰਗੇ ਹੁੰਦੇ ਟਾਇਰ ਆ ਵਾਲੇ ਡਰਾਈਵ ਟਾਇਰ ਉਹਦੀ ਗੱਡੀ ਇੱਦਾਂ ਦੀ ਹੁੰਦੀ ਆ ਹਾਂਜੀ ਫਾਇਰ ਸਟੋਨ ਆਪਣਾ ਫਿਰ ਬ੍ਰਿਜ ਸਟੋਨ ਆਈ ਥਿੰਕ ਦੋਵੇਂ ਅਮਰੀਕਨ ਨੇ ਮਿਸ਼ਲਿਨ ਆਈ ਥਿੰਕ ਇਟਾਲੀਅਨ ਆ ਪਤਾ ਨਹੀਂ ਨਹੀਂ ਪਰੈਲੀ ਆ ਇਟਾਲੀਅਨ ਮਿਸ਼ਲਿਨ ਪਤਾ ਨਹੀਂ ਕਿੱਥੋਂ ਦੀ ਜਿਆਦਾ ਬਜਟ ਜੇ ਵਾਲੇ ਆ ਪਰ ਵਧੀਆ ਕੱਢ ਜਾਂਦੇ ਮੈਂ ਪਹਿਲਾਂ ਜੋ ਟਰੱਕ ਨਵਾਂ ਲਿਆ ਇਹ ਤੋਂ ਇਹਦੇ ਪਾਏ ਸੀ ਕੌਂਟੀਨੈਂਟਲ ਦੇ ਕੌਂਟੀਨੈਂਟਲ ਦੇ ਇੰਡੀਆ ਜੀ ਆ ਗਿਆ ਬਹੁਤ ਮਹਿੰਗੇ ਟਾਇਰ ਆ ਆਹੋ ਇਹ ਮਤਲਬ ਕਿ ਅਮਰੀਕਨਾਂ ਦੇ ਵਿੱਚੋਂ ਥੋੜ੍ਹੇ ਸਸਤੇ ਆ ਇਹ ਵੀ ਅਮਰੀਕਨ ਹੀ ਆ ਤਾਂ ਬੇਸਬਾਲ ਦੀ ਟੀਮ ਹੈ ਇੱਥੋਂ ਦੀ ਨਾ ਫਿਲਾਡੈਲਫੀਆ ਫਿਲੀਸ ਉਹਨਾਂ ਦਾ ਸਟੇਡੀਅਮ ਹੈ ਉਹ ਸਾਹਮਣੇ ਪਰ ਜਿਹੜੀ ਇੱਥੋਂ ਦੀ ਸਾਰਿਆਂ ਤੋਂ ਪਾਪੂਲਰ ਗੇਮ ਹੈ ਨਾ ਉਹ ਹੈਗੀ ਅਮੈਰੀਕਨ ਫੁੱਟਬਾਲ ਉਹ ਰਗਬੀ ਟਾਈਪ ਹੁੰਦੀ ਆ ਉਹ ਜਿੱਦਾਂ ਇੰਡੀਆ 'ਚ ਕ੍ਰਿਕਟ ਆ ਇੱਥੇ ਉਹ ਆ ਇਹ ਉਹਨਾਂ ਇੱਥੋਂ ਦੀ ਟੀਮ ਹੈ ਫਿਲਾਡੈਲਫੀਆ ਈਗਲ ਇਹ ਉਹਨਾਂ ਦਾ ਸਟੇਡੀਅਮ ਆ ਵਾਲਾ ਇਹ 3-4 ਸਾਲ ਪਹਿਲਾਂ ਜਿੱਤੇ ਸੀ ਚੈਂਪੀਅਨਸ਼ਿਪ ਜੀ ਅਤੇ ਹੁਣ ਜਿਹੜਾ 2026 ਦੇ ਵਿੱਚ ਵਰਲਡ ਕੱਪ ਹੋਣਾ ਇੱਥੇ ਸੋਕਰ ਦਾ ਇੱਥੇ ਵੀ ਹੋਣੇ ਮੈਚ ਉਹਦੇ ਆਹ ਵਾਲੇ ਸਟੇਡੀਅਮ 'ਚ ਆਹ ਵਾਲਾ ਜਿਹੜਾ ਸਟੇਡੀਅਮ ਆ ਇਹ ਇਨਡੋਰ ਆ ਇਹ ਬਾਸਕਟਬਾਲ ਦਾ ਅਤੇ ਆਈਸ ਹਾਕੀ ਦਾ ਜਿਹੜਾ ਇਹ ਵੀ ਫਿਲਾਡੈਲਫੀਆ ਦੀਆਂ ਜਿਹੜੀ ਆਈਸ ਹਾਕੀ ਟੀਮ ਦਾ ਨਾਂ ਫਿਲਾਡੈਲਫੀਆ ਫਲਾਇਰ ਅਤੇ ਜਿਹੜੀ ਇਹਨਾਂ ਦੀ ਆ ਬਾਸਕਟਬਾਲ ਦੀ ਟੀਮ ਦਾ ਨਾਂ ਆ 76ers ਨਾਈਟ ਕੰਪਨੀ ਨਾਈਟ ਦੇ ਵੀ ਟਰੱਕ ਹੁੰਦੇ ਉਹ ਵੀ ਓਨਰ ਇੱਕੋ ਹੀ ਇਹਨਾਂ ਦੋਵਾਂ ਦਾ ਕਿਹੜਾ ਕਰੂਗਾ ਟਰੱਕ ਚ ਦੋਵਾਂ ਚ ਕੋਈ ਨੀ ਬੈਠਾ ਉਹ ਡੀਜ਼ਲ ਦਾ ਨਹੀਂ ਉਹ ਡੈਫ ਦਾ ਪ੍ਰਾਈਜ਼ ਆ ਜਿਹੜਾ ਯੂਰੀਆ ਜਿਹਾ ਹੁੰਦਾ ਡੀਜ਼ਲ ਦਾ ਪ੍ਰਾਈਜ਼ ਪਤਾ ਨਹੀਂ ਕਿੰਨਾ ਜਿੰਨਾ ਇੱਥੇ ਹੁੰਦਾ ਸਾਨੂੰ ਉਹ ਤੋਂ ਘੱਟ ਪੈਂਦਾ ਸਾਨੂੰ ਡਿਸਕਾਊਂਟ 'ਤੇ ਪੈਂਦਾ ਵਾ ਸਾਨੂੰ ਪੈਣਾ ਵਾ ਮੈਂ ਹੁਣੇ ਚੈੱਕ ਕੀਤਾ $4 ਅਤੇ ਘਰੇ 16 ਸੈਂਟ ਦਾ ਲਿਖਣਾ ਗਲਤ ਗੱਲ ਹੈ ਜਿੱਦਾਂ ਇਹਨਾਂ ਤੇਲ ਭਰਾਇਆ ਨਾ
ਇਹਨਾਂ ਨੂੰ ਅੱਗੇ ਪੁੱਲ ਕਰ ਲੈਣਾ ਚਾਹੀਦਾ ਵਾ। ਇਹ ਲੜਾਈਆਂ ਵੀ ਬੜੀਆਂ ਹੁੰਦੀਆਂ ਇਹ ਇਸ ਕਰਕੇ ਆਹ ਤੋਂ ਬਾਅਦ ਇੰਡੀਆ 'ਚ ਵੀ ਹੁੰਦੀਆਂ ਵੀ ਤੂੰ ਤੇਲ ਭਰਾ ਲਿਆ ਤੂੰ ਅੱਗੇ ਕਰਨਾ ਟਰੱਕ ਕਈ ਢੀਡ ਜਿਹੇ ਹੋ ਕੇ ਬੈਠੇ ਰਹਿੰਦੇ ਉੱਥੇ ਜਾਂ ਅੰਦਰ ਸਟੋਰ 'ਚ ਚਲ ਜਾਂਦੇ ਆ। ਲਾ ਇਹ ਆ ਵੀ ਜੇ ਤੁਸੀਂ ਤੇਲ ਭਰਾ ਲਿਆ ਪਾਰਕ ਨਹੀਂ ਕਰਨਾ ਘੱਟੋ ਘੱਟ ਅੱਗੇ ਪੁੱਲ ਕਰ ਲੈਣਾ ਅੱਗੇ ਜਗ੍ਹਾ ਹੁੰਦੀ ਆ ਤੇ ਤੂੰ ਪਿਛਲਾ ਬੰਦਾ ਫਿਰ ਉਹ ਟਾਈਮ ਵੇਸਟ ਨਹੀਂ ਹੁੰਦਾ ਤੇਲ ਭਰਾ ਲੂਗਾ ਨਾ ਵੀ ਤੂੰ ਆਪਣਾ ਲੈ ਲੂਗੇ ਜਿੰਨੇ ਚਿਰ ਨੂੰ ਆਉਣਾ ਉਹਨੇ ਚਿਰ ਉਹਨੇ ਤੇਲ ਭਰਨਾ ਉਹਦੇ ਅੰਦਰ ਗਿਆ ਹੋਣਾ ਤੂੰ ਅੱਗੇ ਕਰਕੇ ਜਾ ਨਾ ਮਹਾਨ ਮਹਾਨ ਚਲੋ।